My bilkul nahi sangda main shaam tak di ho lagya ho nahi sar te taaj sahaj shaam ho gayi kis das mein te vela ਕਿਸੇ ਵੀ ਮੇਲ ਤੇ ਵੱਲੇ ਕੋਈ ਕੌਮੀ ਮੁਸਾਫਰ ਆਇਆ ਹੋਇਆ ਨੇ ਕਿਸੇ ਸ਼ਾਮ ਵੱਜਣਾ ਕਿਸੇ ਕੌਮ ਵੱਜਣਾ ਕਿਸੇ ਬਗੀਏ ਵੱਜਣਾ ਮੈਂ ਹਰ ਮਜਲਾ ਚ ਪੜਦਾ ਰਹਿਣਾ ਇੱਜ਼ਤ ਮਿਲਦੀ ਆ ਗਰੀਬਾਂ ਦੇ ਰੋਣ ਨਾਲ ਵਕਤ ਲੱਗਦੇ ਨਹੀਂ ਗਰੀਬਾਂ ਦੇ ਰੋਣ ਨਾਲ ਇਸ ਮਜਲਾ ਸਾਹਿਬ ਜਾ ਸਿਰਫ ਤੁਸੀਂ ਨਹੀਂ ਆਏ ਸ਼ਾਮ ਜੁਆਈ ਹੈ ਕੋਈ ਬੇਬੇ ਕੰਮ ਜੁਆਈ ਹੈ ਕੋਈ ਬੇਬੇ ਬੰਦਿਆ ਚਾਰ ਕੇ ਆਈ ਹੈ ਤੇਰਾ ਰਾ ਪਿਆ ਦੀ ਮੈਂ ਕਿਥ ਕਿਥ ਰਵਾ ਮੇਰੇ ਔਲਾਦ ਜੰਗਲਾ ਚ ਰੋਲ ਮੈਂ ਬਿਸਮਿਲਲਾ ਕਰਾਂ ਜੋਲੀ ਫੈਲਾਓ ਇਬਰਾਹਿਮ ਮਦੀਨੇ ਆਇਆ ਹੈ ਆ ਕੇ ਮੌਲਾ ਸੱਜਾਦ ਨੂੰ ਸਲਾਮ ਕਰਕੇ ਆਦੇ ਮੌਲਾ ਮੁਖਤਾਰ ਪਿਆ ਦੇ ਮੈਂ ਵਸ ਪਿਆ ਬਾਕਰ ਦੇ ਬਾਬੇ ਦੇ ਰਾਤ ਵੱਲ ਗਏ ਇਬਰਾਹੀਮ ਦੇ ਪਾਸ ਲੈ ਕੇ ਆਦਨਾ ਇਬਰਾਹੀਮ ਤਖਤ ਹੋ ਅਜਨ ਸਾਹਮਣੇ ਬੜੀਆਂ ਫੁੱਫੀਆਂ ਖੜੀਆਂ ਰਹੀਏ ਸਯਦਾ ਦਾ ਤਖਤ ਹੋ ਅਜਨ ਸਾਹਮਣੇ ਮੇਰੀ ਚੌਂ ਸਾਲਾਂ ਦੀ ਜਿਸ ਦਾ ਹੁਕਮ ਹੈ ਹੁਸੈਨ ਬਾਦ ਸਫਰ ਮੈਂ ਜਿਸ ਘਰ ਚਰਬਾਗ ਤੇ ਸਕੀਨਾ ਨਾ ਹੋਵੇ ਉਹ ਘਰ ਮੈਨੂੰ ਚੰਗਾ ਨਹੀਂ ਲੱਗਦਾ ਨਾਲੇ ਜਨਾਬੇ ਇਬਰਾਹੀਮ ਜਨ ਇਬਰਾਹੀਮ ਦੇ ਪਾਸ ਲੈ ਕੇ ਮੌਲਾ ਸੱਜਾਦ ਫਰਮੈਨ ਮੇਰੇ ਚਾਚੇ ਮੁਖਤਾਰ ਨੂੰ ਮੇਰਾ ਸਲਾਮ ਹੀ ਦੇਵੇ ਤੇ ਆਖੇ ਉਹ ਕੁਝ ਰੋ ਕੇ ਆਦਨ ਮੁਖਤਾਰ ਕੋ ਆਖੇ ਬੇਮਾਰ ਹਮੈਂ ਤੇ ਮੈਂ ਬਿਲਕੁਲ ਨਹੀਂ ਮੁਖਤਾਰ ਤਾਂ ਤੱਤੇ ਤੇ ਇਬਰਾਹੀਮ ਕੋ ਮਦੀਨੇ ਭੇਜਿਆ ਤੇ ਆਖਿਆ ਇਹੋ ਕੁਝ ਮੇਰੇ ਮੌਲਾ ਸੱਜਾਦ ਨੂੰ ਸਲਾਮ ਹੀ ਦੇਵੇ ਤੇ ਆਖੇ ਮੌਲਾ ਮੁਖਤਾਰ ਪਿਆਰਾ ਮੈਂ ਵਸ ਪਿਆ ਆਖੇ ਦਾਦੇ ਵਾਲਾ ਤਖਤ ਸੰਭਾਲਾ ਬਾਕਰ ਦੇ ਬਾਬੇ ਦੀ ਰਾਤ ਵੱਧ ਗਈ ਇਬਰਾਹੀਮ ਦੇ ਪਾਸ ਲੈ ਕੇ ਆਦਨ ਇਬਰਾਹੀਮ ਤਖਤ ਤੇ ਉਹ ਜਿਹਦੇ ਸਾਹਮਣੇ ਮੇਰੀਆਂ ਫੁੱਫੀਆਂ ਖੜੀਆਂ ਰਹੀਆਂ ਅਠਾਰਾਂ ਸਾਲਾਂ ਦਾ ਜ਼ੀਨ ਤੁਲਤ ਹੈ ਉਹ ਵੀ ਮਾਂ ਛਾਂ ਤੇ ਬੈਠੀ
ਜਿਹਦਾ 13 ਸਾਲਾਂ ਦਾ ਜ਼ੀਨ ਤੁਲਖਾ ਹੈ, ਉਹ ਵੀ ਮਾਂ ਛਾਂ ਤੇ ਬੈਠੀ ਹੈ, ਮੇਰੀ ਅੰਮਾ ਰਬਾਬ ਜਾਂ ਛਾਂ ਤੇ ਬੈਠੀ, ਬਸ ਸਮਝ ਗਿਆ ਉਸ ਮੈਂ ਕੀ ਪੜ੍ਹਨਾ ਚਾਹੁੰਦਾ, ਬਸ ਭਈ ਇਹਨਾਂ ਦਾ ਫਲ ਆਇਆ, ਹੁਣ ਮੈਂ ਜਲਦੀ ਪੇ ਕਰਦਾ ਬੈਠ ਕਰਨਾ ਚਾਹੁੰਦਾ। ਫਲ ਆਇਆ ਇਬਰਾਹੀਮ ਮੁਖਤਾਰ ਨੂੰ ਸਲਾਮ ਕਰਕੇ ਆਦੇ ਮੌਲਾ ਸੱਜਾਦ ਸਲਾਮ ਦਿੰਦੇ ਹਾਵੀ, ਆਦੇ ਹੀ ਕੋ ਜਨ ਮੇਰੇ ਚਾਚੇ ਮੁਖਤਾਰ ਨੂੰ ਸਲਾਮ ਦੇਵੇ, ਅਗਰ ਦਰ ਚਾਚੇ ਦਾ ਨਾਮ ਆਏ ਮੁਖਤਾਰ ਲੋ ਕੇ ਆਦੇ ਵਾਹ ਗਰੀਬੀ, ਹੁਣ ਨੌਕਰਾਂ ਨੂੰ ਵੀ ਚਾਚਾ ਪਿਆ ਸੜਦਾ ਹੈ। ਮੈਂ ਬਿਸਮਿਲਲਾ ਕਰਾ ਤੇ ਆ ਗਿਆ ਕੀ ਨੇ ਆਦੇ ਆਖਿਆ ਇਹ ਕੁਜਾਨ ਜਿਹਦਾ 18 ਸਾਲਾਂ ਦਾ ਜ਼ੀਨ ਤੁਲਤ ਹੈ ਉਹ ਵੀ ਮਾਂ ਛਾਂ ਤੇ ਬੈਠੀ, ਜਿਹਦਾ 13 ਸਾਲਾਂ ਦਾ ਜ਼ੀਨ ਤੁਲਤ ਹੈ ਉਹ ਵੀ ਮਾਂ ਛਾਂ ਤੇ ਬੈਠੀ ਹੈ, ਮੇਰੀ ਅੰਮਾ ਰਬਾਬ ਜਾਂ ਛਾਂ ਤੇ ਬੈਠੀ, ਬਸ ਭਈ ਅੱਲਾਹ ਦਾ ਨਿਮਾਜ਼ ਦਾ ਵੇਲਾ ਹੀ ਮੁਖਤਾਰ, ਨਿਮਾਜ਼ ਮਸੱਲੇ ਇਬਾਦਤ ਤਿਆਗ ਕੇ ਨਮਾਜ਼ ਤੋਂ ਫਾਰਗ ਹੋ ਕੇ ਦੁਆ ਮੰਗੀ, ਮੇਰੇ ਅੱਲਾਹ ਜਾਂ ਮੈਨੂੰ ਮੌਤ ਦੇ ਦੇ ਜਾਂ ਅਸਗਰ ਦਾ ਕਾਤਲ ਦਾ ਦੇ। ਜਨਾਬੇ ਮੁਖਤਾਰ ਤਖਤ ਛੋੜ ਕੇ ਮਿੱਟੀ ਤੇ ਬਹਿ ਕੇ ਰੋਣਾ ਸ਼ੁਰੂ ਕੀਤਾ, ਇਹ ਕਮੀਨੀ ਮਾਂ ਦਾ ਪੁੱਤਰ ਸਾਹਮਣੇ ਆਇਆ ਕੜੀਆਂ ਚ ਝਗੜਿਆ ਹੋਇਆ, ਜਨਾਬੇ ਮੁਖਤਾਰ ਦੇ ਪਾਸ ਲੈ ਕੇ ਆਦਾ ਬਹਾਦਰ ਹੈ ਕੋਫੇ ਦਾ ਹੁਕਮਰਾਨ ਹੈ ਰੋਂਦਾ ਕਿਉਂ ਹੈ, ਉਸੇ ਵੇਲੇ ਜਨਾਬੇ ਮੁਖਤਾਰ ਨਜ਼ਦੀਕ ਆ ਕੇ ਮੂੰਹ ਤੇ ਚਾਟ ਮਾਰ ਕੇ ਆਦੇ ਨੇ, ਉਹ ਬੇਗੈਰਤ ਅਜੇ ਨਾ ਰੋਵਾਂ, ਉਹ ਕਿਹੜੇ ਰੰਗ ਰਬਾਬ ਦੇ ਪੁੱਤਰ ਨੂੰ ਮਾਰੇ ਜਿਹੜੀ ਅੱਜ ਤੱਕ ਛਾਟ ਨਹੀਂ ਬੈਠੀ, ਮੈਂ ਮਾਵਾਂ ਭੇੜੇ ਦਾ ਹਿੱਸੇ ਦਾ ਵੈਰ ਕਰਨਾ, ਜਿਹੜੀਆਂ ਪਰਦੇ ਚਾਈਆਂ ਬੈਠੀਆਂ ਨੇ, ਬਸ ਵਈ ਅਦਾਦਾਰੋ ਮੁਕਾਮਾ ਸਰਦਨ ਪੁੱਜਦਾ ਹੋਇਆ, ਇਸ ਤੋਂ ਜਲਦੀ ਨਹੀਂ ਕਰ ਸਕਦਾ, ਰਾਤੋ ਰਾਤ ਸਰ ਲੈ ਕੇ ਨਾ ਜਨਾਬੇ ਮੁਖਤਾਰ ਮਦੀਨੇ ਆ ਗਏ ਤੇ ਆ ਕੇ ਮੌਲਾ ਸੱਜਾਦ ਦੇ ਪੈਰਾਂ ਛੱਡਿਆ ਤੇ ਆਖਿਆ ਮੌਲਾ ਸੱਜਾਦਾ ਜੇ ਕੌਣ ਹੈ, ਉਸ ਵੇਲੇ ਜਨਾਬੇ ਸੱਜਾਦ ਠੱਟਾ ਸਾਹਿਬ ਵਰ ਕੇ ਆਦੇ ਨੇ, ਚਾਚਾ ਕਲੀ ਫਿਰਾਵਾਂ ਦੇ ਕਾਤਲ ਹੀ ਫੁੱਲੇ ਲੈ, ਹਾਏ ਹਾਏ ਮੈਂ ਜਾਣਦਾ ਕਿ ਉਹ ਬੇਗੈਰਤ ਹੈ ਜਿਹੜਾ ਮੇਰੀ ਮਾਂ ਨਾ ਠੰਡਾ ਪਾਣੀ ਪੀ ਦੇ ਨਾ ਛਾਂ ਤੇ ਬਾਹਰ ਲੈਂਦਾ, ਬਸ ਵਈ ਅੱਲਾਹ ਦਾਰੋ ਪੜ੍ਹਾਈ ਮੇਰੀ ਮੁੱਕਦੀ ਪਈ ਜੇ ਸ਼ਹਿਰ ਵਾਸਤੇ ਮੇਰੇ ਮਿਹਨਤ ਕੀਤੀ ਗਈ ਹੈ, ਅੱਲਾਹ ਦਾਰੋ ਇੱਕ ਜਾਂ ਦੋ ਦਿਨ ਰਹਿਣ ਦੇ ਬਾਅਦ ਜਨਾਬੇ ਮੁਖਤਾਰ ਤੁਰਦੇ ਪਏ ਆ ਜਨਾਬੇ ਸੱਜਾਦ ਦਰਵਾਜ਼ੇ ਤੇ, ਦੇਖ ਕੇ ਆਦੇ ਨੇ ਚਾਚਾ ਫਾਵੇਂ ਮੌਲ ਚੜ ਕੇ ਸ਼ਾਮ ਚ ਆਇਆ ਲੇਕਿਨ ਸਾਡੇ ਦਰਵਾਜ਼ੇ ਤੋਂ ਅੱਜ ਤੱਕ ਕੋਈ ਖਾਲੀ ਨਹੀਂ ਵਧਿਆ, ਮੈਂ ਸੱਜਾਦ ਕੋਲੋਂ ਮੰਗਦਾ ਹਾਂ ਸਾਡੇ ਵਿਹੜੇ ਦੀ ਖਦੀਜਾ ਤੁਲ ਕੁਬਰਾ